ਇਹਦੀ ਕੀ ਡਿਮਾਂਡ ਕਰਦੇ ਹੋ ਬਾਈ ਇਹਦਾ 80,000 ਰੁਪਏ 80,000 ਮੰਗਦੇ ਹੋ ਹਾਲਾ ਇਹ ਬਰੀਡਰ ਰੱਖਿਆ ਬਾਈ ਹਾਂਜੀ ਇਹਦੀ ਕੀ ਅਪਡੇਟ ਹੈ ਚਾਰ ਦੰਦ ਹਾਂਜੀ ਦਿਖਾਓ ਇਹਦੀ ਕੀ ਡਿਮਾਂਡ ਕਰਦੇ ਹੋ ਬਾਈ ਇਹਦੇ 1 ਲੱਖ ਹੈ ਜੀ 1 ਲੱਖ ਰੁਪਿਆ ਬਾਈ ਰੇਟ ਮੈਨੂੰ ਥੋੜਾ ਜਿਆਦਾ ਹੀ ਵੱਧ ਲੱਗੀ ਜਾਂਦਾ ਇਹਦਾ ਮੈਨੂੰ ਦੱਸਿਓ ਮਾੜਾ ਜਿਹਾ ਕਿੰਨਾ ਕੱਦ ਹੋ ਚੁੱਕਾ ਹੈ ਤੇ ਕਿੰਨਾ ਵੇਟ ਹੋਊਗਾ 43 ਇੰਚ ਆ 43 ਇੰਚ ਹਾਂ ਕਿੰਨੀ ਉਮਰ ਹੈ ਇਹਦੀ ਇਹਦੀ ਅਜੇ 2 ਸਾਲ ਦੀ ਹੋ ਗਈ ਚਾਰ ਦਿਨ ਹਜੇ ਕਾਰਤੀ ਕ੍ਰੋਸਿੰਗ ਸਟਾਰਟ ਕੇ ਨਹੀਂ ਹਾਂ ਕ੍ਰੋਸੇ ਤੇ ਬੱਚਾ ਆਇਆ ਕੋਈ ਹਾਂ ਇੱਕ ਬੱਚਾ ਆਇਆ ਉਹ ਚਿੱਟਾ ਹੀ ਹੈ ਇਹਦੇ ਨਾਲ ਦਾ ਦਿਖਾਓ ਬਈ ਬੱਚਾ ਵੀ ਕੀ ਉਮਰ ਹੈ ਬਈ ਇਹਦੀ ਇਹਦੀ 3 ਮਹੀਨੇ 3 ਮਹੀਨੇ ਇਹਦਾ ਕੀ ਰੇਟ ਮੰਗਦੇ ਹੋ ਇਹ ਆਪਾਂ ਸੇਲ ਨਹੀਂ ਕਰਨਾ ਸੇਲ ਨਹੀਂ ਕਰਨਾ ਦਿਖਾਉਣੀ ਲੈ ਕੇ ਆਏ ਹੋ ਹਾਂ ਹਾਂ ਤੇ ਉਹ ਵੱਡੀ ਉਮਰ ਵਾਲੀ ਬੱਕਰੀ ਦਾ ਇਹਦਾ ਕੀ ਮੰਗਦੇ ਹੋ ਇਹਦਾ ਆਪਾਂ 30,000 ਰੁਪਏ ਜੀ 30,000 ਰੁਪਿਆ ਹਾਂਜੀ ਸੂਈ ਹੋਈ ਹੈ ਹਾਂਜੀ ਇਹਦੇ ਬੱਚੇ ਇਹਦਾ ਬੱਚਾ ਵੀ ਘਰੇ ਹੈ ਬੱਚੇ ਵੀ ਘਰੇ ਹੈ ਹਾਂ ਜ਼ਿਆਦਾਤਰ ਬੱਚੇ ਯਾਰ ਬੰਦੇ ਨਾਲ ਲੈ ਕੇ ਆਉਂਦੇ ਤੁਸੀਂ ਜਮੀਨ ਲੈ ਕੇ ਆਏ ਵੈਸੇ ਆਪਾਂ ਕੰਪੀਟੀਸ਼ਨ ਵਾਸਤੇ ਲੈ ਕੇ ਆਏ ਇਹ ਚ ਖੂਬੀ ਨੱਕ ਪੱਖੋਂ ਸਿੰਘ ਕੰਨ ਇਹਦਾ ਵਧੀਆ ਬਲੈਕ ਚਿੱਟੀ ਅੱਖ ਦੀ ਆ ਕਿੰਨੀ ਪਿਉਟੀ ਮੰਨਦੇ ਹੋ ਬਾਈ ਇਹਨੂੰ ਇਹ ਵੀ ਹੈਗੀ ਹੈ ਫੁੱਲੀ ਆ ਤੁਸੀਂ ਬਾਈ ਕਿੱਥੋਂ ਪਹੁੰਚੇ ਹੋ ਨਕੌੜੇ ਪਿੰਡ ਤੋਂ ਬਾਈ ਨਕੌੜੇ ਪਿੰਡ ਤੋਂ ਹਾਂਜੀ ਮੰਡੀ ਦੇਖਣ ਆਏ ਹੋ ਬਾਈ ਹਾਂਜੀ ਮੰਡੀ ਦੇਖਣ ਆਏ ਬਾਈ ਜਾਨਵਰਾਂ ਦਾ ਸ਼ੌਂਕ ਹੈ ਕਿ ਵੈਸੀ ਦੇਖਦੇ ਸੀ ਜਾਨਵਰਾਂ ਦਾ ਸ਼ੌਂਕ ਆ ਜਾਨਵਰ ਰੱਖੇ ਆਪਾਂ ਓਕੇ ਕਿੰਨੇ ਜਾਨਵਰ ਰੱਖੇ ਆਪਣੇ ਕੋਲ 12 13 ਨਾਗਾ ਜੀ 12 13 ਨਾਗਾ ਹਾਂਜੀ ਬਾਈ ਨੇ ਆ ਜਾਨਵਰ ਦਾ ਰੇਟ ਮੰਗਿਆ ਸੀ ਤੁਹਾਡੇ ਹਿਸਾਬ ਨਾਲ ਕਿੰਨੇ ਪੈਸੇ ਦਾ ਲੱਗਦਾ ਇਹ ਵਾਲਾ ਬਾਈ ਇਹ ਦੱਸੋ ਆਪਣਾ ਤੇਰਾ ਤਜਰਬਾ ਕੀ ਕਹਿੰਦਾ ਵੀ ਜੇ ਤੁਸੀਂ ਖਰੀਦਣਾ ਹੋਵੇ ਤਾਂ ਕਿੰਨੇ ਪੈਸੇ ਲਾ ਦਿਓਗੇ ਮੇਰੇ ਹਿਸਾਬ ਨਾਲ ਤਾਂ ਬਾਈ ਇਹ 8 9000 ਦਾ ਮਾਲ ਆ ਜਿਹੜਾ ਬੱਚਾ ਹੈਗਾ ਹਾਂਜੀ ਤੇ ਉਹ ਵਾਲੀ ਬੱਕਰੀ ਹਾਂਜੀ ਇਹ ਵਾਲੀ ਜੇ ਤੁਸੀਂ ਖਰੀਦਣੀ ਹੋਵੇ ਤਾਂ ਕੀ ਰੇਟ ਲਾਉਣੇ ਇਹਦਾ ਵੱਡੀ ਦਾ ਹਾਂਜੀ ਇਹ ਚਲੋ ਅਗਲੇ ਦੇ ਮੰਗਣ ਤੇ ਆ ਜੀ ਉਹ ਤੇ ਜਸ਼ੇ ਦੀ ਗੱਲ ਆ ਜੇ ਵੀਰੇ ਮੇਰੀ ਗੱਲ ਸੁਣੋ ਅਗਲਾ ਵੇਚਣ ਆਇਆ ਤੁਸੀਂ ਖਰੀਦਣ ਆਏ ਹੋ ਮੈਂ ਹੀ ਪੁੱਛਣਾ ਵੀ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਸੀਂ ਕਿੰਨੇ ਕ ਪੈਸੇ ਲਾਉਂਦੇ ਵੀ ਮੈਂ ਇਹਦਾ ਖਰੀਦ ਸਕਦਾ ਮੈਂ 20,000 ਰੁਪਏ ਲਾਉਂਦਾ ਜੀ 20,000 ਰੁਪਏ ਲਾਉਂਦੇ ਤੁਸੀਂ ਬਿਨਾ ਬੱਚਿਆਂ ਤੋਂ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਬਾਈ ਹਾਂਜੀ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ ਡਿਮਾਂਡ ਆ 15,000 ਰੁਪਏ ਕਰ 15,000 ਦੀ ਹਾਂਜੀ ਤੇ ਕਿੰਨੀ ਉਮਰ ਹੋ ਗਈ ਬਾਈ ਇਹਦੀ ਇਹਦੀ 4.5 ਮੰਥ ਦੀ ਆ 4.5 ਮਹੀਨੇ ਦੀ ਆ ਮਿੱਤਰੋ ਕਿਵੇਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਫਤਿਹਪੁਰੀਆ ਨਿਆਮਤ ਖਾਂ ਹਰ ਮਹੀਨੇ ਦੀ 25 ਤਰੀਕ ਨੂੰ ਬੱਕਰੀਆਂ ਦੀ ਮੰਡੀ ਲੱਗਦੀ ਹੈ ਬਾਕੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਦੋਸਤੋ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ